जी अस्सलाम वालेकुम। हाँ जी दोस्तों, की हाल चाल है? सब खैर खरीयत है? उम्मीद करना जिन्हें भी दोस्त मोहब्बत प्यार करने वाले ने बिल्कुल खैर खरीयत नाल होवन दे। ते जिन्हें मेरे दोस्त नवे ने मेरे इस चैनल नू जरूर सबसक्राइब करो और घंटी के बटन नू भी दबाओ। तुहाडे कोल हर आने वाली वीडियो बासानी पहुँचती रहे। तो इंशाल्लाह अज दी दोस्तों नू वीडियो जिहड़ी मैं बना के देन जा रहा, कुछ दोस्तों दे मैसेज सी मौसम दे चेंज होने दे हवाले नाल कि साडे कबूतर जिहड़े ने वो कट्ठे हो के बहना शुरू कर दिते ने, क्योंकि बरसाती मौसम जिहड़े ने वो दो चार दिन बारिश होई है, जिंदी वजह तो चंद दोस्तों दे परिंदे जिहड़े ने वो सर्दी महसूस ठंड महसूस करन लग पए ने। तो इंशाल्लाह अज उन्हां दोस्तां वीरां वास्ते बहुत लाजवाब मैं चीज़ां लैके आया जिहड़ियां मैं अपने लिए खुद बना के इस्तेमाल करना। तो मैं क्या जी अज लाइव वो चीज़ां बना के ते दोस्तां वीरां नूं दिखाईयां जावन कि उन्हां नूं भी पता चल जावे भी ये केड़ियां केड़ियां चीज़ां ने, ये किस तरीके नाल बनानियां ने और किस तरीका नाल नहीं बनानियां। सारियां तो पहले भाईजान हैगी है जी दालचीनी। इस दालचीनी नूं तुसीं सारियां तो पहले एक ही काम करना है कि 100 रुपए दियां तुसीं लैनियां ने वड्डी इलाची। तो 100 रुपए की वड्डी इलाची जिन्ने ओ तोल के पनसार स्टोर तो तुहानूं मिले, बाकी चीज़ां उन्दे हम वजन तुसीं सारियां ही लैनियां ने दाल वड्डी इलाची दे। ऐ साढ़े कोल पिया है जी सौंफ, जिन्नियां चीज़ां ने तुसीं ओ बरीक पाउडर कर लैनियां ने, करके चचर के उन्दा रिजल्ट भी ज़्यादा मिलेगा और इंशाल्लाह पानी तुहाडा कबूतरां वास्ते बहुत अच्छा और हैवी बनेगा। यह सौंफ ने जी, यह आ गई जी वड्डी इलाची। वड्डी इलाची नूं भी अच्छी तरह कुट लिया जी, कुट के इन्हें दाने छिलके तुसीं इस तरह ही इहनूं जिहड़ा ना यह पानी च इस्तेमाल करना। इंशाल्लाह सारियां चीज़ां दा पहला मैं तुहानूं तारफ करवाना, ना तो फिर तुहानूं खुद पता चल जाएगा। ਇਹ ਜੀ ਸੁੰਡ ਪਿਆ ਜੀ, ਸੁੰਡ ਨੂੰ ਵੀ ਕੁੱਟ ਲਿਆ, ਬਰੀਕ ਕਰ ਲਿਆ ਪਾਊਡਰ ਬਣਾ ਕੇ। ਇਹ ਜੀ ਕਾਲੀ ਮਿਰਚ, ਇਹਦਾ ਵੀ ਪਾਊਡਰ ਕਰ ਲਿਆ। ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਤੁਸੀਂ ਬਿਲਕੁਲ ਪਾਊਡਰ ਕਰਨਾ, ਪਾਊਡਰ ਕਰਕੇ ਫਿਰ ਉਹਨੂੰ ਤੁਸੀਂ ਇਸਤੇਮਾਲ ਕਰਨਾ, ਉਹਦਾ ਬਹੁਤ ਅੱਛਾ ਰਿਜ਼ਲਟ ਮਿਲੇਗਾ। ਇਹ ਜੀ ਮਲੱਠੀ ਪਈ ਹੈ, ਮਲੱਠੀ ਵੀ ਤੁਸੀਂ ਬਿਲਕੁਲ ਜਿਹੜਾ ਨਾ ਇਹਨੂੰ ਵੀ ਪਾਊਡਰ ਕਰ ਲੈਣਾ। ਇਹ ਜੀ ਕਲਵੰਜੀ ਪਈ ਹੈ, ਜਿਹੜੀ ਹਰ ਦਰਦ ਦੁੱਖ ਦੀ ਬਿਮਾਰੀ ਦਾ ਇਲਾਜ ਹੈ। ਅੱਲਾਹ ਤਾਲਾ ਨੇ ਕੁਰਾਨ ਸ਼ਰੀਫ ਦੇ ਵਿੱਚ ਵੀ ਇਹਦੀ ਸ਼ਿਫਾ ਲਿਖੀ ਹੈ। ਇਹ ਜੀ ਕਲਵੰਜੀ ਹੈ। ਇਹ ਜੀ ਵੱਡਾ ਮਨੱਕਾ ਪਿਆ। ਇਹ ਜੀ ਅਨਾਰ ਦਾਣਾ ਪਿਆ। ਇਹ ਮੇਰੇ ਕੋਲ ਚੀਜ਼ਾਂ ਜਿਹੜੀਆਂ ਨਾ ਇਸ ਗਰਮੀ ਦੀਆਂ ਨੇ, ਤੁਹਾਨੂੰ ਪਤਾ ਵੀ ਮਨੱਕਾ ਜਿਹੜਾ ਨਾ ਉਹ ਕਲਰ ਚੇਂਜ ਕਰ ਜਾਂਦਾ। ਅਤੇ ਇਹ ਅਨਾਰ ਦਾਣਾ ਹੈ। ਅਤੇ ਇਹ ਜੀ ਅਜਵਾਇਨ ਹੈ, ਇਹ ਅਜਵਾਇਨ ਹੈ। ਅਤੇ ਇਹ ਜੀ ਦੇਸੀ ਥੋਮ ਹੈ, ਇਹ ਵੀ ਲੈ ਲੈਣਾ। ਅਤੇ ਇਹਨੂੰ ਵੀ ਦੇਸੀ ਥੋਮ ਨੂੰ ਵੀ ਜਿਹੜਾ ਚੰਗੀ ਤਰ੍ਹਾਂ ਕੁੱਟ ਕੇ ਚੱਚਰ ਲੈਣਾ, ਚੱਚਰ ਕੇ। ਅਤੇ ਸਾਰੀਆਂ ਚੀਜ਼ਾਂ ਦਾ ਤੁਸੀਂ ਬਿਲਕੁਲ ਸਫੂ ਪਾਊਡਰ ਬਣਾ ਲੈਣਾ। ਕਿ ਇਹ ਮੇਰੇ ਕੋਲ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਣਾਈਆਂ ਹੋਈਆਂ ਮੌਜੂਦ ਇਸ ਟਾਈਮ ਪਈਆਂ ਨੇ। ਅਤੇ ਇੱਕ ਚੀਜ਼ ਜਿਹੜੀ ਉਹ ਮੈਂ ਬੱਚੇ ਨੂੰ ਭੇਜੀ ਲੈਣ ਵਾਸਤੇ, ਪੁਦੀਨੇ ਦੀ ਇੱਕ ਗੁੱਟੀ ਉਹ ਲੈ ਲੈਣੀ ਹੈ, ਪੁਦੀਨੇ ਦੀ ਇੱਕ ਗੁੱਟੀ ਲੈ ਲੈਣੀ ਹੈ। ਉਹਨੂੰ ਤੁਸੀਂ ਅੱਛੀ ਤਰ੍ਹਾਂ ਧੋ ਲੈਣਾ, ਧੋ ਕੇ
ਉਹ ਵੀ ਇਹਦੇ ਵਿੱਚ ਇਸਤੇਮਾਲ ਕਰਨੀ। ਜਿਹੜੀ ਪੁਦੀਨੇ ਦੀ ਗੁੱਟੀ ਜਿਹੜੀ ਹੈ ਉਹ ਇਹਦੇ ਵਿੱਚ ਤੁਸੀਂ ਬਿਲਕੁਲ ਸਾਫ਼ ਧੋ ਕੇ ਅਗਰ ਉਹ ਕੁੱਟ ਲਵੋ ਅਤੇ ਕੁੱਟ ਕੇ ਉਹਦਾ ਪਾਣੀ ਵਿੱਚ ਸੱਟ ਦਿਓ, ਜਾਂ ਅਗਰ ਉਹ ਕੁੱਟ ਕੇ ਤਾਂ ਪੱਤਿਆਂ ਸਮੇਤ ਵੀ ਤੁਸੀਂ ਸੱਟ ਸਕਦੇ ਜੇ, ਉਹਦਾ ਕੋਈ ਐਸਾ ਇਸ਼ੂ ਨਹੀਂ ਹੈਗਾ। ਅਤੇ ਇਹ ਹੁਣ ਮੈਂ ਤੁਹਾਨੂੰ ਇੱਕ ਇੱਕ ਚੀਜ਼ ਜਿਹੜੀ ਉਹ ਦਿਖਾਉਣ ਲੱਗਾ ਕਿ ਇਹ ਚੀਜ਼ਾਂ ਤੁਸੀਂ ਇਸਤੇਮਾਲ ਜਿਹੜੀਆਂ ਕਰਨੀਆਂ ਨੇ ਆਪਣੇ ਇਸ ਪਾਣੀ ਦੇ ਵਿੱਚ। ਇਹ ਮੈਂ ਤੁਹਾਡੇ ਸਾਹਮਣੇ ਜਿਹੜਾ ਨਾ ਥੋਮ ਹੈ, ਇਹ ਥੋਮ ਵੀ ਤੁਹਾਡੇ ਸਾਹਮਣੇ ਮੈਂ ਕੁੱਟ ਕੇ ਤੁਹਾਨੂੰ ਦਿਖਾਉਣਾ ਕਿ ਇਹ ਥੋਮ ਜਿਹੜਾ ਦੇਸੀ ਥੋਮ ਲੈਣਾ ਅਤੇ ਉਹਨੂੰ ਵੀ ਕੁੱਟ ਲੈਣਾ ਕੁੱਟ ਕੇ, ਅਤੇ ਉਹ ਵੀ ਇਸਤੇਮਾਲ ਕਰਨਾ। ਜਦੋਂ ਤੁਸੀਂ ਇਹ ਚੀਜ਼ਾਂ ਸਾਰੀਆਂ ਨੂੰ ਕੁੱਟ ਲਓ ਦੇ ਇੱਕ ਉਹਨਾਂ ਦਾ ਰਿਜ਼ਲਟ ਚੰਗਾ ਆਵੇਗਾ ਅਤੇ ਇਨਸ਼ਾਅੱਲਾ ਇਹ ਤੁਹਾਡਾ ਪਾਣੀ ਜਿਹੜਾ ਤਿਆਰ ਹੋਵੇਗਾ। ਜਿਹੜੇ ਕਬੂਤਰ ਠੰਡ ਮਨਾਉਂਦੇ ਨੇ, ਥੋੜ੍ਹੇ ਜਿਹੇ ਅੰਦਰੋਂ ਕਮਜ਼ੋਰ ਨੇ, ਇਕੱਠੇ ਹੋ ਕੇ ਬਹਿ ਰਹੇ ਨੇ, ਇਨਸ਼ਾਅੱਲਾ ਤੁਹਾਡੇ ਉਹ ਜਾਨਵਰ ਜਿਹੜੇ ਨੇ ਉਹ ਇਕੱਠੇ ਵੀ ਨਹੀਂ ਹੋਣਦੇ ਸਰਦੀ ਦੀ ਵਜ੍ਹਾ ਤੋਂ, ਮੌਸਮ ਦੀ ਚੇਂਜਗੀ ਦੀ ਵਜ੍ਹਾ ਤੋਂ ਪੋਟਾ ਰੋਕ ਜਾਂਦੇ ਨੇ, ਦਾਣਾ ਹਜ਼ਮ ਨਹੀਂ ਕਰਦੇ, ਅਤੇ ਜਿਹੜਾ ਇਨਸ਼ਾਅੱਲਾ ਉਹ ਤੁਹਾਡੇ ਪਰਿੰਦੇ ਦਾਣਾ ਵੀ ਹਜ਼ਮ ਕਰਨ ਦੇ, ਠੰਡ ਵੀ ਮਨਾਉਣ ਦੇ, ਅਤੇ ਪੋੜ ਜਿਹੜਾ ਉਹ ਵੀ ਨਹੀਂ ਰੋਕਣ ਦੇ। ਲਓ ਜੀ, ਆਪਣਾ ਇਹ ਵੀ ਪੇਸਟ ਤਿਆਰ ਹੋ ਗਿਆ ਜਿਹੜਾ ਥੋਮ ਦਾ, ਅਤੇ ਇਹ ਵੀ ਆਪਾਂ ਵਿੱਚੋਂ ਕੱਢ ਕੇ ਇੱਕ ਸਾਈਡ 'ਤੇ ਰੱਖ ਲੈਂਦੇ ਹਾਂ ਕਿ ਦੋਸਤਾਂ ਨੂੰ ਇਨਸ਼ਾਅੱਲਾ ਵਕਫਾ ਵਕਫਾ ਜਦੋਂ ਇਸਤੇਮਾਲ ਕਰਨਾ ਉਹਦਾ ਵੀ ਦੋਸਤਾਂ ਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦਿਖਾਉਂਦੇ ਜਾਵਾਂਦੇ ਕਿ ਭਾਈ ਜੀ ਨੇ ਇਹ ਚੀਜ਼ਾਂ ਜਿਹੜੀਆਂ ਨੇ। ਇਹ ਜੀ ਮੈਂ ਪਤੀਲਾ ਰੱਖਿਆ ਕੋਲ, ਇਹ ਜੀ ਇਹਦੇ ਵਿੱਚ ਥੋਮ ਪਾ ਦਿੱਤਾ ਸਾਰਿਆਂ ਤੋਂ ਪਹਿਲੇ, ਮੈਂ ਇਨਸ਼ਾਅੱਲਾ ਦੋਸਤਾਂ ਨੂੰ ਸਾਰੀਆਂ ਵੱਖਵਾ ਵੱਖਵਾ ਚੀਜ਼ਾਂ ਜਿਹੜੀਆਂ ਦਿਖਾਈ ਜਾਣ। ਇਹ ਜੀ ਪਾ ਦਿੱਤੀ ਹੈ ਮਲੱਠੀ, ਮਲੱਠੀ ਦਾ ਕਮਾਲ ਹੁੰਦਾ ਅੰਦਰੋਂ ਗਰਦੋ ਗਬਾਰ ਕਬੂਤਰਾਂ ਨੂੰ ਰੇਸ਼ਾ ਬਣ ਜਾਂਦਾ, ਕਬੂਤਰਾਂ ਦਾ ਬਹੁਤ ਫਾਲਟ ਆ ਜਾਂਦੇ ਨੇ ਜਿਹਦੀ ਵਜ੍ਹਾ ਤੋਂ ਕਬੂਤਰ ਅੰਦਰੋਂ ਬਿਲਕੁਲ ਫਿੱਟ ਹੋ ਜਾਂਦੇ ਨੇ। ਇਹ ਜੀ ਦੋਸਤੋ ਮੈਂ ਵਿੱਚ ਵੱਡਾ ਮਨੱਕਾ ਜਿਹੜਾ ਉਹ ਪਾਉਣ ਲੱਗਾ ਜਿਹੜਾ ਉਹ ਵੀ ਮੈਂ ਕੁੱਟ ਲਿਆ ਸੀ। ਇਹ ਦੋਸਤੋ ਮੈਂ ਅਨਾਰ ਦਾਣਾ ਜਿਹੜਾ ਉਹ ਵਿੱਚ ਪਾਉਣ ਲੱਗਾ। ਇਹ ਜੀ ਕਲਵੰਜੀ ਹੈ ਜਿਹੜੀ ਮੈਂ ਵਿੱਚ ਤੁਹਾਡੇ ਸਾਹਮਣੇ ਇਹ ਪਾਉਣ ਲੱਗਾ, ਐਡ ਕਰਨ ਲੱਗਾ। ਅਤੇ ਇਹ ਅਜਵੈਨ ਹੈ ਇਹ ਮੈਂ ਪਾਉਣ ਲੱਗਾ। ਇਹ ਮੈਂ ਤੁਹਾਡੇ ਸਾਹਮਣੇ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਇਹਦੇ 'ਚ ਐਡ ਕਰਤੀਆਂ ਨੇ। ਹੁਣ ਜੀ ਚੀਜ਼ਾਂ ਰਹਿ ਗਈਆਂ ਨੇ ਜੀ, ਇਹ ਪਈਆਂ ਨੇ ਇਹ ਜੀ ਵੱਡੀ ਇਲਾਚੀ ਹੈ, ਇਹ ਵੀ ਮੈਂ ਦੜਾ ਬਣਾ ਲਈ ਕੁੱਟ ਲਈਏ। ਇਹ ਮੈਂ ਦੋਸਤਾਂ ਦੇ ਸਾਹਮਣੇ ਹਰ ਇੱਕ ਚੀਜ਼ ਜਿਹੜੀ ਹੈ ਉਹ ਮੈਂ ਤੁਹਾਨੂੰ ਦਿਖਾਵਾਂਗਾ ਕਿ 100 ਰੁਪਏ ਦੀਆਂ ਤੁਸੀਂ ਇਹ ਵੱਡੀ ਇਲਾਚੀ ਲੈਣੀ ਹੈ। ਇਹਦੇ ਹਮ ਵਜ਼ਨ ਜਿੰਨਾ ਵਜ਼ਨ ਇਹਦਾ ਇਲਾਚੀ ਦਾ ਹੋਵੇ ਉਨੇ ਵਜ਼ਨ ਦੀਆਂ ਤੁਸੀਂ ਦੂਸਰੀਆਂ ਚੀਜ਼ਾਂ ਲੈ ਲੈਣੀਆਂ ਨੇ ਉਹਦੇ ਹਮ ਵਜ਼ਨ ਕਰਕੇ, ਅਤੇ ਉਹਨਾਂ ਨੂੰ ਕਹਿਣਾ ਕਿ ਇੰਨੇ ਵਜ਼ਨ ਦੀਆਂ ਚੀਜ਼ਾਂ ਜਿਹੜੀਆਂ ਨਾ ਉਹ ਸਾਨੂੰ ਦੂਸਰੀਆਂ ਦੇ ਦਿਓ। ਵੱਡੀ ਇਲਾਚੀ ਪੈ ਗਈ ਹੈ ਜੀ। ਇਹ ਜੀ ਆ ਗਿਆ ਸੌਂਫ, ਇਹ ਜੀ ਸੌਂਫ ਆ ਗਿਆ ਜੀ, ਇਹਨਾਂ ਨੂੰ ਦੜਾ ਕਰ ਲੈਣਾ ਕੁੱਟ ਲੈਣਾ, ਕਿਉਂਕਿ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਕੁਛ ਚੀਜ਼ਾਂ ਮੇਰੇ ਕੋਲ, ਇਹ ਸਾਰੀਆਂ ਚੀਜ਼ਾਂ ਮੇਰੇ ਕੋਲ ਘਰ ਮੌਜੂਦ ਪਈਆਂ ਸੀ, ਕੋਈ ਘੱਟ ਵੀ ਨੇ, ਅਤੇ ਮੇਰਾ ਦੋਸਤਾਂ ਨੂੰ ਦੱਸਣ ਦਾ ਇਹ ਮਕਸਦ ਇਹ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ, ਹਰ ਚੀਜ਼ਾਂ ਜਿਹੜੀਆਂ ਨੇ ਹਮ ਵਜ਼ਨ ਤੁਸੀਂ ਲੈਣੀਆਂ ਨੇ। ਇਹ ਜੀ ਦਾਲਚੀਨੀ, ਇਹ ਵੀ ਦੜਾ ਕੀਤੀ ਕੁੱਟ ਕੇ। ਇਹ ਜੀ ਸੁੰਡੇ ਜਿਹੜੇ ਜਿੰਨੀ ਆਪਾਂ ਅਦਰਕ ਕਹਿੰਦੇ ਹਾਂ ਇਹ ਉਹ ਸੁੰਡੇ। ਇਹ ਜੀ ਕਾਲੀਆਂ ਮਿਰਚਾਂ ਨੇ ਜਿਹੜੀਆਂ,
लो जी हुण मैं सारा समान पा लिया, हुण चलने आ तुहानूं इहदे च पाणी किन्ना पाउणा उह वी तुहानूं दिखाउणे आ, ते फिर इनशाला इह तुहानूं जदों तैयार हो जाएगा इहदा मुकम्मल तरीकाकार जिहड़ा तुहानूं दस्सांगे कि इह साडा चीज़ां जिहड़ियां ने उह बण गईआं ने पाणी। और इनशाला जदों तुसीं आ चीज़ां नूं देखोगे ते तुहानूं इहदे तों बहुत अच्छा रिजल्ट मिलेगा और बहुत तुहानूं सिखण नूं मिलेगा। हाँ जी, आ रहे हैं दोस्तों पानी दे कोल। हुण इहदे च आपां पानी इस्तेमाल करना है ते ओह दोस्तां नूं दिखावांगे वी इहदे च पानी किन्ना पाउणा ते किन्ना नहीं पानी पाउणा। इहदे च पानी जिहड़ा ओह पा के इहनूं आपां गैस दे उत्ते रख देना है। ਜਦੋਂ ਇਹਨੂੰ ਗੈਸ ਦੇ ਉੱਤੇ ਰੱਖ ਦਿੱਤਾ ਜਾਵੇ ਤਾਂ ਇਹਦੇ ਥੱਲੇ ਮੱਠੀ ਮੱਠੀ ਆਪਾਂ ਅੱਗ ਬਾਲ ਦੇਣੀ। ਮੱਠੀ ਮੱਠੀ ਅੱਗ ਉਬਾਲ ਕੇ ਅਤੇ ਇਹਨੂੰ ਆਪਾਂ ਚੁੱਲ੍ਹੇ 'ਤੇ ਰੱਖ ਦੇਣਾ। ਚੁੱਲ੍ਹੇ 'ਤੇ ਰੱਖ ਕੇ ਅਤੇ ਇਹਨੂੰ ਆਪਾਂ 5 ਕਿਲੋ ਪਾਣੀ, ਜਦੋਂ ਆਪਣਾ 2 ਕਿਲੋ ਪਾਣੀ ਰਹਿ ਜਾਵੇ, 5 ਕਿਲੋ ਪਾਣੀ ਆਪਾਂ ਇਹਦੇ 'ਚ ਪਾਉਣਾ। ਪਾ ਕੇ ਜਦੋਂ ਇਹ ਪਾਣੀ 2 ਕਿਲੋ ਰਹਿ ਜਾਵੇ ਉਸ ਟਾਈਮ ਆਪਾਂ ਇਸ ਪਾਣੀ ਨੂੰ ਥੱਲੇ ਉਤਾਰ ਲੈਣਾ। ਉਤਾਰਨ ਤੋਂ ਬਾਅਦ ਫਿਰ ਆਪਾਂ ਇਸ ਪਰਿੰਦਿਆਂ ਨੂੰ ਇਸਤੇਮਾਲ ਕਰਵਾਉਣਾ। ਫਿਰ ਉਹ ਕਿਸ ਤਰੀਕੇ ਨਾਲ ਕਰਾਉਣਾ ਉਹ ਜੀ ਆਪਾਂ ਇਸ ਤਰੀਕੇ ਨਾਲ ਕਰਵਾਉਣਾ ਕਿ ਇਹਨੂੰ ਆਪਾਂ ਜਦੋਂ ਪਾਣੀ ਆਪਣਾ ਤਿਆਰ ਹੋ ਜਾਣਾ, ਤਿਆਰ ਹੋਣ ਤੋਂ ਬਾਅਦ ਜਨਾਬ ਲਈ ਇਹਨੂੰ ਆਪਾਂ ਥੱਲੇ ਲਾਹ ਲੈਣਾ, ਲਾਹ ਕੇ ਇਹਨੂੰ ਪੁਣ ਲੈਣਾ। ਲਓ ਜੀ ਦੋਸਤੋ, ਇਹ 5 ਕਿਲੋ ਦੀ ਬਾਲਟੀ ਪਾਣੀ ਦੀ, ਇਹ ਪਾਣੀ ਇਹਦੇ ਵਿੱਚ ਪਾਉਣ ਲੱਗੇ ਹਾਂ। ਦੋਸਤਾਂ ਨੂੰ ਇਨਸ਼ਾਲਾ ਦਿਖਾ ਕੇ ਜਿਹੜਾ ਵੀ ਕੰਮ ਕਰਾਂਗੇ ਇਨਸ਼ਾਲਾ ਉਹ ਦੋਸਤਾਂ ਨੂੰ ਮੁਕੰਮਲ ਉਹ ਦਿਖਾਵਾਂਗੇ ਕਿ ਇਹ ਜੀ ਅਸੀਂ ਕੰਮ ਕਰਨ ਲੱਗੇ ਹਾਂ, ਇਹ ਜੀ ਇਹਦੇ ਵਿੱਚ ਪਾਣੀ ਪਾਉਣ ਲੱਗੇ ਹਾਂ ਦੋਸਤਾਂ ਦੇ ਸਾਹਮਣੇ। ਇਹ ਜੀ ਦੋਸਤਾਂ ਦੇ ਸਾਹਮਣੇ ਇਹਦੇ 'ਚ ਪਾਣੀ ਪਾ ਦਿੱਤਾ ਅਤੇ ਇਹਨੂੰ ਹੁਣ ਆਪਾਂ ਗੈਸ ਦੇ ਉੱਤੇ ਰੱਖ ਲੈਣਾ ਕਿ ਇਹਨੂੰ ਤਿਆਰੀ ਆਪਾਂ ਕਰਨ ਦੀ ਕਰਨੀ ਉਹ ਕਿਸ ਤਰੀਕੇ ਨਾਲ ਕਰਨੀ। ਅਤੇ ਇਨਸ਼ਾਲਾ ਇਹ ਜੀ ਪਾਣੀ ਇਹਦੇ 'ਚ ਮਿਕਸ ਕਰ ਦਿੱਤਾ ਹੈ ਅਤੇ ਇਹਨੂੰ ਹੁਣ ਉੱਤੇ ਰੱਖਣ ਲੱਗੇ ਹਾਂ ਚੁੱਲ੍ਹੇ 'ਤੇ। ਔਰ ਬਹੁਤ ਲਾਜਵਾਬ ਏ, ਸੋਰੀ ਇਹਦੇ 'ਚ ਗੁੜ ਪਾਉਣਾ ਸੀ ਉਹ ਮੈਂ ਪਾ ਦਿੱਤਾ ਲਹਿਦਾ, ਉਹ ਮੈਂ ਦੱਸ ਨਹੀਂ ਸਕਿਆ। ਇਹਦੇ ਵਿੱਚ ਜਿਹੜਾ 200 ਗ੍ਰਾਮ ਗੁੜ ਪਾਉਣਾ, 200 ਗ੍ਰਾਮ ਗੁੜ ਜਿਹੜਾ ਨਾ ਕਾਲਾ ਮਿਲ ਜਾਵੇ ਦਸਾਲਾ ਅਤੇ ਉਹ ਸਾਰਿਆਂ ਤੋਂ ਬਿਹਤਰ ਏ। ਅਗਰ ਨਾ ਮਿਲ ਸਕੇ ਤਾਂ ਆਰਦੀ ਜਿਹੜਾ ਉਹ ਮਿਲ ਜਾਵੇ ਤਾਂ ਉਹ ਵੀ ਇਸਤੇਮਾਲ ਕਰ ਸਕਦੇ। 200 ਗ੍ਰਾਮ ਇਹਦੇ 'ਚ ਗੁੜ ਪਾ ਦੇਣਾ। ਲਓ ਜੀ ਦੋਸਤੋ, ਇਹ ਉੱਤੇ ਰੱਖਿਆ ਗਿਆ ਚੁੱਲ੍ਹੇ 'ਤੇ ਅਤੇ ਇਹਨੂੰ ਹੁਣ ਮੈਂ ਅੱਗ ਲਾਉਣ ਲੱਗਾ ਅਤੇ ਇਹ ਇਨਸ਼ਾਲਾ ਇਹ ਚੁੱਲ੍ਹੇ ਦੇ ਉੱਤੇ ਰੱਖ ਦਿੱਤਾ ਗਿਆ ਅਤੇ ਇਹ ਦੋਸਤਾਂ ਨੂੰ ਇਹਦਾ ਇਹ ਉਬਾਲ ਕੇ, ਲਓ ਜੀ ਇਹ ਦੋਸਤੋ ਇਹਨੂੰ ਅੱਗ ਲੱਗ ਗਈ ਏ ਅਤੇ ਇਹਨੂੰ ਸਰਕਾਰ ਤਿਆਰੀ ਆਪਾਂ ਇਨਸ਼ਾਲਾ ਇਹਦੀ ਜਦੋਂ ਹੋ ਜਾਵੇ ਦੀ ਬਾਕੀ ਵੀਡੀਓ ਇਨਸ਼ਾਲਾ ਉਹ ਤੁਹਾਨੂੰ ਬਣਾ ਕੇ ਦਿਖਾਵਾਂਗੇ ਜਿਸ ਤਰੀਕੇ ਨਾਲ ਇਹ ਤਿਆਰ ਹੋਵੇਗਾ। ਅਤੇ ਇਹ ਵੀਡੀਓ ਜਿਹੜੀ ਇਹ ਜ਼ਰੂਰ ਮੁਕੰਮਲ ਦੇਖਿਆ ਜੀ, ਇਹਦੇ ਤੋਂ ਤੁਹਾਨੂੰ ਬਹੁਤ ਕੁਛ ਜਿਹੜਾ ਨਾ ਸਿੱਖਣ ਨੂੰ ਮਿਲੇਗਾ। ਔਰ ਇਹ ਪਾਣੀ ਤੁਹਾਨੂੰ ਅੱਜ ਤੱਕ ਨਾ ਕਿਸੇ ਦੱਸਿਆ ਹੋਵੇਗਾ ਔਰ ਨਾ ਹੀ ਕੋਈ ਦੱਸੇਗਾ। ਜਿਹੜਾ ਤੁਹਾਡਾ ਵੀਰ ਤੁਹਾਡਾ ਭਾਈ ਤੁਹਾਨੂੰ ਬਿਲਕੁਲ ਮੁਖਲਸ ਤਰੀਕੇ ਨਾਲ ਔਰ ਹਰ ਇੱਕ ਚੀਜ਼ ਐਂਡ ਤੱਕ ਦੱਸਦਾ ਅਤੇ ਇਹਨੂੰ ਜ਼ਰੂਰ ਫੋਲੋ ਕਰੋ ਔਰ ਇਹਨੂੰ ਬਣਾ ਕੇ ਆਪਣੇ ਪਰਿੰਦਿਆਂ ਨੂੰ ਜ਼ਰੂਰ ਇਸਤੇਮਾਲ ਕਰਵਾਇਆ ਜੇ। ਔਰ ਇਨਸ਼ਾਲਾ ਬਾਕੀ ਜਿਹੜਾ ਅਗਲਾ ਹਿੱਸਾ ਨੈਕਸਟ ਉਹ ਮੈਂ ਵੀਡੀਓ ਦੇ ਐਂਡ 'ਤੇ ਐਡ ਕਰਾਂਗਾ ਕਿ ਜਿਹੜਾ ਮੈਂ ਇਹਨੂੰ ਬਣਾ ਕੇ ਅਤੇ ਇਹਨੂੰ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ।
लो जी दोस्तों, अपना कबूतरां दे हाजमे वास्ते पानी जिहड़ा है वो तैयार हो गया है। ते मैं कहा जी दोस्तां नूं दिखाइए इंदा कलर, इंदा कलर है जी। ते इंशाल्लाह ये दोस्तां नूं हुण इहनूं पुण के इंशाल्लाह जिहड़ा ना ये दोस्तां नूं दिखाने आ भी इहनूं हुण इस्तेमाल करना है, किस तरीके नाल करना है ते किस तरह नहीं करना। तो इंशाल्लाह ये जिहड़ा तुहाडा पानी हाजमे वास्ते ये तैयार हो गया है। तो इहनूं इस्तेमाल तुसीं करना है, इहनूं पुन लैना है ते पुन के तुसीं किसी बर्तन च पा लेना है। पावन तो बाद अगर 5 किलो वाली पानी वाली बोतल है तो उन्हें वेचो तुसी 2 किलो पानी पाना है नीम गर्म। ते अगर सर्दी ज़्यादा हो जाए तो इस पानी जिहड़ा बनाया आपां ए वाला पानी इन्हें भी तुसी नीम गर्म थोड़ा जिहा कोसा कर लेना है। तो कोसा करके अगर गीजर का पानी हो तो गर्म पानी करके उन्हें वेचे सादा ही तुसी ना 1 कप पानी का ए पा देना ते पा के ते अपने परिंदियां नूं इस्तेमाल करवाओ। इंशाल्लाह अल्लाह दे हुक्म नाल तुहाडे परिंदे सर्दी ठंड महसूस नहीं करन दे, दाना हजम अच्छा करन दे और इंशाल्लाह अपनी पूरी फिटनेस च ते पावर च कबूतर आ जान दे। ते हफ्ते च 1 तो 2 दफा लाजमन इस्तेमाल कराओ तो इंशाल्लाह तुहाडा रिजल्ट कबूतरां दा जिहड़ा भी देखेगा वो तुहानू जरूर पुछेगा कि यार तुसी अपने कबूतरां नूं की इस्तेमाल करवा दे। ते ज़्यादा तो ज़्यादा है मेरी वीडियो जिहड़ी दोस्तां नूं तक पहुँचाओ, शेयर और लाइक और कमेंट जरूर करिया जे और चैनल मेरे नूं सबसक्राइब जरूर करो क्योंकि ये तुहाडी मुहब्बत है। इस भाई नाल तुसी बेलौस मुहब्बत करदे जे ते इंशाल्लाह तुहाडा भाई भी इंशाल्लाह तुहाडे वास्ते शौक प्रमोट करदा रहेगा। दुआवां च याद रखा जे आपका दोस्त आपका भाई मलक मकसूद ऑफिशियल से इजाज़त चाहता है। दुआओं में याद रखे। अल्लाह हाफिज़।